ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਕਮਰ ਇਕਬਾਲ ਸਿੰਘ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਵਪਾਰ ਮੰਡਲ ਕਪੂਰਥਲਾ। ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਸਮੁੱਚੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਪਿਆਰਿਆਂ ਨੂੰ ਬਹੁਤ ਬਹੁਤ ਵਧਾਈਆਂ। ਔਰ ਇਹਨਾਂ ਮੁਬਾਰਕਾਂ ਦੇ ਨਾਲ ਨਾਲ ਅਸੀਂ ਦੁਆ ਕਰਦੇ ਹਾਂ ਕਿ ਜਿੱਥੇ ਕਿਤੇ ਵੀ ਸਾਡੇ ਪੰਜਾਬੀ ਪਿਆਰੇ ਵੱਸਦੇ ਨੇ ਅਤੇ ਦੁਨੀਆ ਦੇ ਵਿੱਚ ਵੰਨ ਸੁਵੰਨੇ ਰੰਗ ਬਿਰੰਗੇ ਲੋਕ ਵੱਸਦੇ ਨੇ, ਉਹਨਾਂ ਨੂੰ ਵਾਹਿਗੁਰੂ ਜੀ ਬਖਸ਼ਿਸ਼ ਕਰਨ, ਅਪਾਰ ਕਿਰਪਾ ਕਰਨ ਕਿ ਦੀਵਾਲੀ ਜਿਹੜੀ ਉਹਨਾਂ ਦੇ ਮਨਾਂ ਨੂੰ ਠੰਡਕ ਪਹੁੰਚਾਵੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ। ਔਰ ਨਾਲ ਹੀ ਮੇਰਾ ਇੱਕ ਸੁਨੇਹਾ ਹੈ ਕੁੱਲ ਦੁਨੀਆ ਨੂੰ, ਕੁੱਲ ਦੁਨੀਆ ਵਿੱਚ ਵੱਸਦੇ ਮੇਰੇ ਸੱਜਣਾ ਬੇਲੀਆਂ ਨੂੰ ਕਿ ਜਿਹੜੀ ਦੀਵਾਲੀ ਹੈ ਆਪਾਂ ਪ੍ਰਦੂਸ਼ਣ ਰਹਿਤ ਮਨਾਈਏ, ਇਸ ਵਾਰ ਪਟਾਕਿਆਂ ਤੋਂ ਬਿਨਾਂ ਦੀਵਾਲੀ ਮਨਾਈਏ, ਕਿਉਂਕਿ ਆਲਰੇਡੀ ਇੰਨਾ ਕੁ ਵਾਤਾਵਰਨ ਪ੍ਰਦੂਸ਼ਿਤ ਹੋ ਚੁੱਕਾ ਹੈ। ਉਹਦੇ ਤੋਂ ਅਸੀਂ ਤੁਸੀਂ ਭਲੀ ਭਾਂਤ ਜਾਣਦੇ ਹਾਂ ਕਿ ਵੱਖ ਵੱਖ ਬਿਮਾਰੀਆਂ ਦੇ ਨਾਲ ਹਰ ਵਰਗ ਦੇ ਲੋਕ ਲੜ ਰਹੇ ਨੇ, ਔਰ ਉਹਦੇ ਸੰਬੰਧ ਵਿੱਚ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇਸ ਵਾਰ ਪ੍ਰਣ ਕਰੀਏ ਕਿ ਹਰੀ ਦੀਵਾਲੀ ਮਨਾਈਏ ਬਿਲਕੁਲ ਪਟਾਕਿਆਂ ਰਹਿਤ। ਮੇਰੀ ਇਹ ਦਿਲੀ ਇੱਛਾ, ਜੇ ਵਾਹਿਗੁਰੂ ਕਿਰਪਾ ਕਰਨ ਤਾਂ ਇਹ ਮੇਰੀ ਇੱਛਾ ਨੂੰ ਬੂਰ ਪਵੇ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ।